ਪੰਜਾਬੀ ਖਬਰਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਤੀਜਾ ਦਿਨ ਵੀ ਹੰਗਾਮਾ ਭਰਪੂਰ ਰਿਹਾ ਤੇ ਪੰਜਾਬ ਦੇ DGP ਦਿਨਕਰ ਗੁਪਤਾ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਵੱਲੋਂ ਸਦਨ ਵਿੱਚ ਖੂਬ ਹੰਗਾਮਾ ਕੀਤਾ ਗਿਆ। ਦੋਵੇਂ ਪਾਰਟੀਆਂ ਬਰਖਾਸਤਗੀ ਦੀ ਮੰਗ ਨੂੰ ਲੈ ਕੇ ਅੜੀਆਂ ਰਹੀਆਂ। ਵਿਧਾਨ ਸਭਾ ਦੀ ਕਾਰਵਾਈ ਦੇਖਦੇ ਹੋਏ ਭਗਵੰਤ ਮਾਨ ਨੇ ਇਸ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਖੂਬ ਰਗੜੇ ਲਾਏ। ਭਗਵੰਤ ਮਾਨ ਨੇ ਕਿਹਾ ਕਿ DGP ਕਹਿੰਦਾ ਹੈ ਕਿ 6 ਘੰਟਿਆਂ ਵਿੱਚ ਸ਼ਰਧਾਲੂ ਪਾਕਿਸਤਾਨ ਤੋਂ ਆਤੰਕਵਾਦੀ ਬਣ ਕੇ ਆ ਸਕਦਾ ਹੈ, ਪਰ ਉਹ ਇਹ ਦੱਸਣ ਕਿ 6 ਸਾਲਾਂ ਤੋਂ ਕੈਪਟਨ ਦੇ ਘਰ ਰਹਿ ਰਹੀ ਅਰੂਸਾ ਕਿਸ ਆਧਾਰ ਤੇ ਪੰਜਾਬ ਵਿੱਚ ਰਹਿ ਰਹੀ ਹੈ। ਉਹਨਾਂ ਕਿਹਾ ਕਿ ਅਰੂਸਾ ਤੇ DGP ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ, ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਸੀ। ਕੈਪਟਨ ਨੇ ਦੱਸੇ ਕਿ ਅਰੂਸਾ ਦਾ ਵੀਜ਼ਾ ਕਦੋਂ ਤੱਕ ਦਾ, ਕਿੱਥੇ ਦਾ, ਇੱਥੋਂ ਤੱਕ ਕਿ SSP ਅਤੇ DCs ਦੀ ਨਿਯੁਕਤੀ ਵੀ ਉਹਨਾਂ ਦੇ ਕਹਿਣ ਤੇ ਹੋ ਰਹੀ ਹੈ। ਮਾਨ ਨੇ ਕਿਹਾ ਕਿ UNO ਦੇ ਜਨਰਲ ਸੈਕਟਰੀ ਨੇ ਵੀ ਕਿਹਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਸ਼ਾਂਤੀ ਦਾ ਪੁੰਜ ਹੈ, ਫਿਰ ਕਿਸ ਆਧਾਰ ਤੇ DGP ਵੱਲੋਂ ਇਹ ਬਿਆਨ ਦਿੱਤਾ ਗਿਆ। ਕੈਪਟਨ ਕਹਿੰਦਾ ਹੈ ਕਿ ਗਲਤੀ ਸਭ ਤੋਂ ਹੋ ਜਾਂਦੀ ਹੈ, ਪਰ 3 ਸਾਲਾਂ ਵਿੱਚ ਕੀ ਕਾਂਗਰਸ ਤੋਂ ਹੀ ਗਲਤੀਆਂ ਹੋ ਰਹੀਆਂ ਨੇ। ਮਾਨ ਨੇ ਕਿਹਾ ਕਿ DGP ਪਹਿਲਾਂ ਇਹ ਦੱਸਣ ਕਿ ਅਰੂਸਾ ਨੂੰ ਪੰਜਾਬ ਵਿੱਚ ਕਿਹੜੀ ਲੋੜ ਹੈ, ਜਿਹੜੀ ਉਹ ਮੁੱਖ ਮੰਤਰੀ ਦੇ ਘਰ ਰਹਿ ਰਹੀ ਹੈ। DGP ਦੇ ਨਾਲ ਅਰੂਸਾ ਦਾ ਬੈਠਣਾ ਵੀ ਸ਼ੱਕੀ ਹੈ ਅਤੇ ਇਸੇ ਕੈਪਟਨ ਨੂੰ ਮਾਮਲਾ ਸਪਸ਼ਟ ਕਰ ਦੇਣਾ ਚਾਹੀਦਾ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਅੱਜ ਨਿਊਜ਼ਵਾਲਾ .com ਦੇ ਨਾਲ।